ਕੁਛ ਨਹੀਂ ਸਰ, ਮੇਰਾ ਬ੍ਰਦਰ ਜਾ ਰਿਹਾ ਸੀਗਾ ਆਪਣੇ ਉਹਦੇ ਚਿਕਨ ਦੀ ਦੁਕਾਨ, ਔਰ ਨੋਰਮਲੀ ਹਰ ਰੋਜ਼ ਆਪਣਾ ਨਾ ਮਿੱਟੇ ਆਪਣਾ ਸਮਾਨ ਜਿਵੇਂ ਮੈਰੀਨੇਟ ਕਰਕੇ ਆਪਣੇ ਘਰੋਂ ਦੂਜੇ ਪਾਰਟਨਰ ਦੇ ਘਰੋਂ ਨਿਕਲਦੇ, ਉਹਦਾ ਘਰ ਹੈਗਾ ਸ਼ਾਹੀ ਮਹੱਲੇ 'ਚ, ਅਤੇ ਉਹ ਨੋਰਮਲ ਸਮਾਨ ਬਣਾ ਕੇ ਹਰ ਰੋਜ਼ ਨਿਕਲਦੇ ਹੈਗੇ ਆ। ਅੱਜ ਨਿਕਲਿਆ ਉਹਨੂੰ ਮੋੜ 'ਤੇ, ਹਲੇ ਗਲੀ ਦੇ ਮੋੜ 'ਤੇ ਗਿਆ, ਨਾਲੇ ਉਹ 7-8 ਜਣਿਆਂ ਨੇ ਰੋਕ ਲਿਆ। ਉਹ ਰੋਕਦੇ ਸਾਰ ਹੀ ਉਹਨਾਂ ਨੇ ਗੱਲਬਾਤ ਕੀਤੀ, ਇਹਨਾਂ ਨੇ ਕਹਿੰਦੇ ਤੂੰ ਬੁਲਾ, ਇਹਨਾਂ ਦੀ ਕੋਈ ਆਪਸ 'ਚ ਰੰਜਿਸ਼ ਹੋਣੀ ਜਾਂ ਕੁਛ ਹੋਣਾ, ਰੱਬ ਜਾਣੇ। ਇਹਨਾਂ ਨੇ ਇੱਕੋ ਦਮ ਹੀ ਉੱਤੇ ਹਮਲਾ ਕਰਨਾ ਸ਼ੁਰੂ ਕਰਤਾ। ਇਹਦਾ ਨਾ ਇਹਨੇ ਮੈਨੂੰ ਕਾਲ ਕੀਤੀ ਕਿ ਇੱਦਾਂ ਮੈਨੂੰ ਮੁੰਡਿਆਂ ਨੇ ਰੋਕ ਲਿਆ, ਤੁਸੀਂ ਆਓ ਮੇਰੇ ਕੋਲ। ਅਤੇ ਮੈਂ ਇੰਨੀ ਦੇਰ 'ਚ ਉੱਥੇ ਪਹੁੰਚਿਆ ਹੀ ਹਾਂ, ਇਹਨਾਂ ਨੇ ਕੀਤਾ ਉਹਦਾ ਫੋਨ ਫੂਨ ਖੋਇਆ, ਖੋ ਕੇ ਨਾ ਇਹਦੇ ਇੰਨੇ ਕੁ ਚਾਕੂ ਹੁੰਦਾ ਚਾਕੂ ਜਿਵੇਂ 3-4 ਜਣੇ ਕੋਲ ਸੀ, ਉਹਦੇ ਮੁੱਠੇ ਮਾਰੇ ਅੱਖਾਂ 'ਤੇ। ਫਿਰ ਮੈਂ ਗਿਆ ਉੱਥੇ, ਪਹੁੰਚਿਆ ਹੀ ਹਾਂ, ਮਤਲਬ ਉਹਨੂੰ ਆਪਣੇ ਛੋਟੇ ਬ੍ਰਦਰ ਨੂੰ ਪੁੱਛ ਰਿਹਾ ਕੀ ਗੱਲ ਹੋਈ, ਪਿੱਛੇ ਖੜਾ, ਨਾਲੇ ਹੀ ਉਹਨੇ ਮੇਰੇ ਆਇਆ ਪਿੱਛੋਂ, ਆ ਕੇ ਕੋਈ 10 ਟਾਂਕੇ ਲਾਏ ਆ, ਪਿੱਛੋਂ ਆ ਕੇ ਉਹਨੂੰ ਚਾਕੂ ਫੇਰਿਆ ਨਾਲ ਹੀ। ਇੰਨੇ ਨੂੰ ਸਾਰੇ ਮੁਹੱਲੇ ਵਾਲੇ ਵਿੱਚ ਆ ਗਏ, ਫਿਰ ਆਇਆ ਉਹ ਜਦੋਂ ਉਹਦਾ ਫੋਨ ਖੋਇਆ ਨਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਫੋਨ ਕਿੱਥੇ, ਉਹਨੂੰ ਦੱਸ ਵਗੈਰਾ ਸਾਰਾ ਕੁਛ। ਆਇਆ ਇੰਨੀ ਦੇਰ ਨੂੰ ਸਾਰਾ ਮੁਹੱਲਾ ਜਿਵੇਂ 7-8 ਜਾਣੇ ਸੀਗੇ, ਸਾਰੇ ਇੱਕ ਦਿਆ ਚਾਕੂ, ਫਿਰ ਕਈ ਜਣੇ ਇੱਟਾਂ ਮਾਰਨ ਲੱਗ ਗਏ ਬਹੁਤ ਜ਼ਿਆਦਾ। ਉਸ ਤੋਂ ਬਾਅਦ ਸਾਰਾ ਕੁਛ ਇੱਧਰ ਅਸੀਂ ਉਸਨੂੰ ਨਿਕਲੇ ਹਾਂ ਇੱਧਰੋਂ MLR ਕਟਾਉਣ ਲਈ। ਫਿਰ MLR ਕਟਾਉਣ ਲਈ ਪਹੁੰਚਿਆ ਉੱਥੇ, ਸਾਡੇ ਕਹਿੰਦਾ ਮਤਲਬ ਜਿਹੜੇ DMC ਦਾਖਲ ਨੇ ਉਹਨਾਂ ਦੀ ਤਬੀਅਤ ਕਿੱਦਾਂ? ਉਹਨਾਂ ਦੀ ਹਲੇ ਬਹੁਤ ਖਰਾਬ ਤਬੀਅਤ ਆ, ਉਹਨਾਂ ਦੀ ਇੱਕ ਅੱਖ ਖੁੱਲ੍ਹ ਨਹੀਂ ਰਹੀ, ਇੱਕ ਡੈਮੇਜ, ਮਤਲਬ ਉਹਨਾਂ ਨੇ ਡੇਂਜਰ ਟੂ ਆਈ ਕਿਹਾ ਡਾਕਟਰ ਨੇ, ICU 'ਚ ਹੀ ਨੇ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ? ਹਾਂਜੀ ਹਾਂਜੀ, ਪੁਲਿਸ ਪੂਰਾ ਕੋਆਪਰੇਟ ਕਰ ਰਿਹਾ, ਇੱਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ। ਅੱਛਾ, ਕੀ ਲੱਗਦਾ ਵੀ ਲੁੱਟ ਦੀ ਵਾਰਦਾਤ? ਹਾਂਜੀ ਹਾਂਜੀ ਸਰ, ਖੋ ਕੀਤੀ ਉਹਨਾਂ ਨੇ, ਫੋਨ ਖੋਇਆ ਨਾਲ, ਉਹਨਾਂ ਨੇ ਲੜਾਈ ਦਾ ਪ੍ਰੋਪਰ ਉਹਨਾਂ ਦੀ ਖੁੰਦਕ ਦਾ ਪਹਿਲਾਂ ਹੀ ਤਿਆਰ ਹੋ ਗਿਆ? ਹਾਂਜੀ ਹਾਂਜੀ, ਉਹਨਾਂ ਦੀ ਫੁੱਲ ਤਿਆਰੀ ਸੀਗੀ, ਉਹਨਾਂ ਨੇ ਪ੍ਰੋਪਰ ਫੀਲਡਿੰਗ ਲਾਈ ਹੋਈ ਸੀ ਉਹਨਾਂ ਨੇ। ਹੁਣ ਤਾਂ ਸਰ ਜੇ ਹਿਸਾਬ ਲਾ ਲਓ, ਹੁਣ ਤਬੀਅਤ ਔਖੇ, ਜੇ ਆਪਾਂ ਮੌਕੇ 'ਤੇ ਨਾ ਪਹੁੰਚਦੇ ਤਾਂ ਇੱਕਦਮ ਅੱਖਾਂ ਖੁੱਲ੍ਹੀਆਂ ਨਹੀਂ ਸੀ ਉਹਦੀ, ਪ੍ਰੋਪਰ ਦੋਨੋਂ ਅੱਖਾਂ ਬੰਦ ਸੀ, ਬਿਨਾਂ ਦਿਖੇ ਉਹਨੂੰ ਚੱਲ ਰਹੇ, ਉਹਨੂੰ ਫੜ ਫੜ ਕੇ ਲਾਏ ਜਿਹੜੇ ਹੁਣ ਮੁਹੱਲੇ ਵਾਲੇ ਜਿਹੜੇ ਰਾਹੀ ਜਾਂਦੇ ਸੀ, ਸਗੋਂ ਉਹਨਾਂ ਨੇ ਸਾਡੀ ਹੈਲਪ ਕੀਤੀ ਮੁਹੱਲੇ 'ਚੋਂ ਨਿਕਲਣ ਲਈ, ਨਹੀਂ ਤਾਂ ਉਹਨਾਂ ਨੇ ਫੁੱਲ ਘੇਰਾ ਪਾਇਆ ਸਨ। ਠੀਕ ਹੈ, ਕੱਲ੍ਹ ਜਾਂਦਾ ਮਾਮਲਾ ਜੀ? ਹਾਂਜੀ, ਪਰਸੋਂ ਸ਼ਾਮ ਦਾ। ਮੈਦਾਨ ਰੋਡ 'ਤੇ 25-25 ਜਣੇ ਗੇੜਿਆਂ ਮਾਰਦੇ ਆ ਕਿਰਪਾਨਾਂ ਦਾਤ ਲੈ ਕੇ, ਉਸ ਤੋਂ ਬਾਅਦ ਇਹ ਖੂਹਾਂ ਕਰਦੇ ਆ, ਉਸ ਤੋਂ ਬਾਅਦ ਚਿੱਟਾ ਵੇਚਦੇ ਆ, ਇਹਨਾਂ ਨੂੰ ਫੁੱਲ ਸਪੋਰਟ ਮਿਲਦੀ ਹੈ ਪਿੱਛੋਂ, ਛੋਟੀ ਛੋਟੀ ਉਮਰਾਂ ਦੇ ਬੱਚੇ ਹੈਗੇ ਆ, ਇਸ ਲਈ ਇਹਨਾਂ ਨੂੰ ਕੋਈ ਜ਼ਿਆਦਾ, ਇਹਨਾਂ ਨੂੰ ਪਤਾ ਸਾਡੇ 'ਤੇ ਐਕਸ਼ਨ ਤਾਂ ਹੋ ਨਹੀਂ ਸਕਦਾ, ਇਸ ਟਾਈਪ ਨਾਲ ਇਹ ਚੱਲਦੇ ਆ। ਬਾਕੀ ਇਹਨਾਂ ਨੂੰ ਮੁਹੱਲੇ ਵੱਲੋਂ ਵੀ ਸਪੋਰਟ ਮਿਲਦੀ ਹੈ ਪੂਰੀ, ਕਿ ਮੁਹੱਲੇ ਦੇ ਵਿੱਚ ਹੀ ਜੋ ਜਿਹੜਾ ਵੀ ਇਹਨਾਂ ਮੁਹੱਲੇ ਜਾਂਦਾ, ਜਿਹਦੇ ਨਾਲ ਹੁੰਦੀ ਹੈ, ਕਿਸੇ ਦਾ ਨਾਮ ਲੈ ਕੇ ਡੱਕ ਲੈਂਦੇ ਆ, ਕਦੀ ਕਿਸੇ ਨੂੰ ਕਿੱਦਾਂ, ਇਹ ਸਾਰੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੀ ਹੈ। ਜਿੰਨੇ ਵੀ ਮੁੰਡਿਆਂ ਦੇ ਅਸੀਂ ਨਾਮ ਲਿਖਾਏ, ਜਿੰਨੇ ਵੀ ਮੁੰਡੇ ਹੈਗੇ ਆ ਵਿੱਚ ਲੜਾਈ ਦੇ, ਸਾਰਿਆਂ ਦੇ। ਮੇਰਾ ਨਾਮ ਵੀਰੇ ਲਵਨੀਸ਼ ਹੈ ਜੀ। ਭਾਜੀ, ਇਹਨਾਂ ਦੇ ਪਹਿਲੇ ਵੀ ਮਾਮਲੇ ਦਰਜ ਹੈਗੇ? ਭਾਈ, ਇਹਨਾਂ ਦੇ 307 ਦੇ ਵਿੱਚ ਪਹਿਲੇ ਵੀ ਮਾਮਲੇ ਦਰਜ ਹੈਗੇ ਆ, ਦੋ ਮੁੰਡੇ ਇੱਧਰ ਪਿੱਛੇ ਦੇ ਹੈਗੇ ਆ, ਦੋਨੋਂ ਮੁੰਡਿਆਂ ਨੂੰ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਵੱਢਿਆ ਹੋਇਆ। ਨਸ਼ੇ ਦੇ ਵੀ ਆਦੀ ਨੇ? ਭਾਈ, ਨਸ਼ੇ ਦੇ ਆਦੀ ਦਾ ਸਾਨੂੰ ਨਹੀਂ ਪਤਾ, ਬਟ ਵੇਚਦੇ ਆ ਉਹ ਚੀਜ਼ ਸਾਨੂੰ ਕਨਫਰਮ ਹੈ ਇਹਨਾਂ ਦੀ। ਇੱਕ ਮੁੰਡਾ ਜਸ਼ਨ ਬਹਿਲ, ਉਹ ਕਿਤੇ ਆਪਣੇ ਸਾਥੀ ਨੂੰ ਲੈਣ ਆ ਰਿਹਾ ਸੀ, ਦੁਕਾਨ ਇਹਨਾਂ ਦੀ ਸਾਂਝੀ ਮੀਟ ਦੀ, ਉਹ ਮੁੰਡਾ ਆਪਣੇ ਸਾਥੀ ਨੂੰ ਬੁਲਾਉਣ ਆ ਰਿਹਾ ਅਤੇ ਮੂਹਰੇ 5-6 ਮੁੰਡਿਆਂ ਨੇ ਘੇਰ ਕੇ ਉਹਨੂੰ ਕੁੱਟਿਆ, ਕੁੱਟਮਾਰ ਕੀਤੀ ਉਹਦੀ। ਸਰ, ਕਦ ਦਾ ਮਾਮਲਾ ਸੀ ਜੀ? ਇਹ ਮਾਮਲਾ ਕੱਲ੍ਹ ਦਾ, ਸ਼ਾਮ ਦਾ। ਕੱਲ੍ਹ ਸ਼ਾਮ ਦਾ ਸਰ, ਕਿੱਦਾਂ ਇਹ ਕੁੱਟਮਾਰ ਕੀਤੀ ਗਈ, ਜਿਹਨਾਂ ਵੱਲੋਂ, ਉਹਨਾਂ ਦੇ ਕੀ ਨਾਮ ਹੈ ਉਹਨਾਂ ਬੰਦਿਆਂ ਦੇ ਜਿਹੜੇ ਬੰਦਿਆਂ ਨੇ ਕੁੱਟਮਾਰ ਕੀਤੀ? ਉਹਨਾਂ ਦੇ ਨਾਮਾਂ ਦਾ ਪਤਾ ਲੱਗ ਗਿਆ, ਟਰੇਸ ਕਰ ਲਿਆ ਸੀ। ਹਾਂਜੀ, ਉਹਨਾਂ ਦੇ ਨਾਮ ਹੈ ਇੱਕ ਪ੍ਰਿਆਸ਼ੂ ਆ, ਇੱਕ ਜਤਨ, ਬੁੱਲੂ, ਕਾਰਤਿਕ, ਪਿਊਸ਼ ਅਤੇ ਸਿਕੰਦਰ। ਇਹ 5-6 ਬੰਦੇ ਆ। ਕਿੱਥੇ ਦੇ ਰਹਿਣ ਵਾਲੇ? ਇਹ ਇੱਧਰ ਸ਼ਾਹੀ ਮੁਹੱਲੇ ਕੁੰਦਨਪੁਰੀ ਦੇ ਆ, ਕੁੰਦਨਪੁਰੀ ਰਹਿਣ। ਸਰ, ਕਾਰਨ ਕੀ ਸੀ ਲੜਾਈ ਦਾ? ਵੀ ਕੋਈ ਲੁੱਟ ਖੋ ਹੋਈ ਸੀ ਉਹਦੇ ਨਾਲ, ਕੀ ਕਾਰਨ ਕੀ ਸੀ ਪੂਰਾ? ਕੁੱਟ ਕੇ ਉਹਦਾ ਪਰਸ ਵੀ ਲੈ ਗਿਆ ਅਤੇ ਮੋਬਾਈਲ ਵੀ ਉਹਦਾ ਲੈ ਗਿਆ ਖੋ ਕੇ, ਅਤੇ
ਹੈ ਤਾਂ ਕੋਈ ਇਹਨਾਂ ਦੀ ਆਪਸ ਚ ਕੋਈ ਗੱਲਬਾਤ ਕੋਈ ਹੋ ਸਕਦੀ ਹੈ, ਬਾਕੀ ਅਜੇ ਕਾਬੂ ਨੀ ਆਏ, ਪਤਾ ਜਦੋਂ ਕਾਬੂ ਆ ਗਿਆ ਫੜਿਆ ਚਾਕੂ ਵਗੈਰਾ ਕੋਲ ਸੀਗੇ ਤੇ ਉਹ ਅਸੀਂ ਜਦੋਂ ਅਜੇ ਫੜੇ ਨੀ, ਗ੍ਰਿਫਤਾਰੀ ਪਈ, ਪਰਚਾ ਦਰਜ ਕਰਦਾ ਜਦੋਂ ਗ੍ਰਿਫਤਾਰੀ ਪਈ ਸਾਰਾ ਸਾਹਮਣੇ ਆਜੂ ਸਰ। ਲੇਕਿਨ ਉਹਨਾਂ ਦੀ ਜਦੋਂ ਕੋਈ ਸੀਸੀ ਕੈਮਰੇ 'ਚ ਫੋਟੋ ਚਾਹੀਏ, ਕੋਈ ਉਹਨਾਂ ਦੇ ਨਾਮਾਂ ਤੋਂ ਪਤਾ ਲੱਗਿਆ ਵੀ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਉਹਨਾਂ 'ਤੇ ਕੋਈ? ਦੱਸਦੇ ਆ ਪਹਿਲਾਂ ਵੀ ਹੈਗੇ ਆ। ਅੱਛਾ ਜੀ, ਹੈਗੇ ਉਹਨਾਂ ਦੇ ਪਰਚੇ ਦਰਜ ਆ ਅਤੇ ਬਾਕੀ ਜਦੋਂ ਗ੍ਰਿਫਤਾਰੀ ਪਈ ਫੜਾਂਗੇ ਉਹਨਾਂ ਨੂੰ ਅਤੇ ਫਿਰ ਸਾਰਾ ਕਲੀਅਰ ਹੋ ਜਾਊ। ਅਤੇ ਭਾਈ ਜੀ ਜੇ ਕਿਹੜੇ ਥਾਣੇ ਦਾ ਮਾਮਲਾ ਕੀ ਸੀ, ਆਪਾਂ ਕਿਹੜੀ ਚੌਂਕੀ ਹੈ? ਇਹ ਸਾਡੀ ਕਲਾਸ ਚੌਂਕੀ ਹੈ ਜੀ, ਮੈਂ SI ਭਜਨ ਸਿੰਘ, ਹਾਂਜੀ, ਇੰਚਾਰਜ ਕਲਾਸ ਚੌਂਕੀ, ਡਿਵੀਜ਼ਨ ਨੰਬਰ 8 ਥਾਣਾ।